ਤੇ ਭਾਈ ਜਰਨੈਲ ਸਿੰਘ ਹੋਣਾ ਨੇ ਵੀ ਅੱਜ ਨਾਮ ਦੀ ਬਾਬਤ ਬਹੁਤ ਕੁਛ ਸਾਨੂੰ ਸੁਣਾਇਆ ਹੈ। ਏਡਾ ਡੂੰਘਾ ਵਿਸ਼ਾ ਹੈ ਕਿ ਬਾਣੀ ਕੋਈ ਤੁੱਕ ਵੀ ਨਾਮ ਦੀ ਵਡਿਆਈ ਬਾਣੀ ਭਰੀ ਪਈ ਹੈ। ਖਾਸ ਕਰ ਅਗਰ ਇੱਕ ਬਾਣੀ ਨੂੰ ਲਈਏ ਤਾਂ ਸੁਖਮਨੀ ਸਾਹਿਬ ਵਿੱਚ ਨਾਮ ਦੀ ਬਹੁਤ ਜ਼ਿਆਦਾ ਵਡਿਆਈ ਹੈ। ਇਹ ਬਹੁਤ ਸਾਰੇ ਗੁਰਮੁਖ ਸੁਖਮਨੀ ਦਾ ਪਾਠ ਕਰਦੇ ਹੈ। ਖਾਸ ਕਰ ਬੀਬੀਆਂ ਮਾਈਆਂ ਸੁਖਮਨੀ ਦਾ ਪਾਠ ਕਰਦੀਆਂ ਹਨ। ਇਹ ਹਫ਼ਤਾਵਾਰ ਸੁਖਮਨੀ ਮਿਸ਼ਨਰੀ ਬਣਾਈ ਹੁੰਦੀ ਹੈ, ਇਹਨਾਂ ਦੀ ਉੱਥੇ ਪਾਠ ਕਰਦੀਆਂ ਹੁੰਦੀਆਂ। ਮੁਬਾਰਕ ਹੈ। ਪਰ ਦੇਖਣਾ ਇਹ ਹੈ ਕਿ ਜਿਸ ਵਸਤੂ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਨਾਨਕ ਕੇ ਘਰ ਕੇਵਲ ਨਾਮ, ਉਹ ਵਸਤੂ ਸੁਖਮਨੀ ਸਾਹਿਬ ਚ ਭਰੀ ਪਈ ਹੈ ਉਹ ਵਸਤੂ। ਪਰ ਅਸੀਂ ਸੁਖਮਨੀ ਦੇ ਪਾਠ ਕਰਨ ਵਾਲੇ ਸਾਨੂੰ ਉਸ ਨਾਮ ਦੀ ਬਾਬਤ ਕੋਈ ਸੋਝੀ ਨਹੀਂ ਆਈ, ਸਾਰੀ ਉਮਰ ਪਾਠ ਕਰਦਿਆਂ ਨੇ। ਜਦੋਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਨਾਨਕ ਕੇ ਘਰ ਕੇਵਲ ਲਫ਼ਜ਼ ਕੇਵਲ ਓਨਲੀ ਨਾਮ, ਸਿਰਫ ਨਾਮ ਗੁਰੂ ਸਾਹਿਬ ਨੇ ਇਸ ਦੁਨੀਆਂ ਚ ਮਜ਼ਹਬਾਂ ਦੀ ਕਾਲ ਨਹੀਂ ਸੀ, ਮਜ਼ਹਬਾਂ ਦਾ ਕੋਈ ਘਾਟਾ ਨਹੀਂ ਸੀ, ਧਰਮਾਂ ਦਾ ਕੋਈ ਘਾਟਾ ਨਹੀਂ, ਕਰਮ ਕਾਂਡਾਂ ਦਾ ਕੋਈ ਘਾਟ ਨਹੀਂ ਸੀ, ਨੇਕੀਆਂ ਦਾ ਕੋਈ ਘਾਟ ਨਹੀਂ ਸੀ, ਪਾਠ ਪੂਜਾ ਕੋਈ ਘਾਟਾ ਨਹੀਂ ਸੀ। ਹੁਣ ਇੱਥੇ ਥੋੜਾ ਜਿਹਾ ਡਾਇਗਰੈਸ਼ਨ ਕਰੀਏ ਕਿ ਨਾਮ ਕੀ ਚੀਜ਼ ਹੈ। ਨਾਮ ਇਹ ਕੋਈ ਨਵੀਂ ਚੀਜ਼ ਨਹੀਂ ਗੁਰੂ ਸਾਹਿਬ ਨੇ ਲਿਆਂਦੀ। ਧਿਆਨ ਕਰੋ, ਜਿਸ ਤਰ੍ਹਾਂ ਸੂਰਜ ਵਿੱਚੋਂ ਰੋਸ਼ਨੀ ਨਿਕਲਦੀ ਹੈ, ਜਿੱਥੇ ਸੂਰਜ ਹੈ ਉਹਦੀ ਰੋਸ਼ਨੀ ਹੈ, ਜਿੱਥੇ ਰੱਬ ਹੈ ਉਹਦੀ ਰੋਸ਼ਨੀ ਦਾ ਰੂਪ ਜੋਤ ਸਰੂਪ ਨਾਮ ਹੈ। ਜੇ ਸੂਰਜ ਹੈ ਤਾਂ ਰੋਸ਼ਨੀ ਜ਼ਰੂਰ ਹੈ, ਜਿੱਥੇ ਰੱਬ ਹੈ ਉੱਥੇ ਰੋਸ਼ਨੀ ਜ਼ਰੂਰ ਹੈ। ਤੇ ਉਹ ਰੋਸ਼ਨੀ ਜਿਹੜੀ ਹੈ ਜਿਹਨੂੰ ਜੋਤ ਕਹੇ ਉਹ ਨਾਮ ਹੈ। ਉਸ ਨਾਮ ਵਿੱਚ ਰਹਿੰਦਿਆਂ ਹੋਇਆ, ਨਾਮ ਵਿੱਚ ਜਿਉਂਦਿਆਂ ਹੋਇਆ, ਸਾਰੀ ਉਮਰ ਗੁਜ਼ਾਰਦਿਆਂ ਹੋਇਆ, ਉਹ ਨਾਮ ਦਾ ਵਡਿਆਈ ਸੁਣਦਿਆਂ ਪੜ੍ਹਦਿਆਂ ਹੋਇਆ, ਕਈਆਂ ਦਾ ਨਿਤਨੇਮ ਸ਼ਾਮਲ ਹੈ ਸੁਖਮਨੀ, ਮਗਰ ਨਾਮ ਦਾ ਫੇਰ ਪਤਾ ਨਹੀਂ। ਬੜੀ ਹੈਰਾਨੀ ਦੀ ਗੱਲ ਹੈ ਕਿ ਪਤਾ ਨਹੀਂ ਅਸੀਂ ਕਿੱਥੇ ਫਿਰਦੇ ਹਾਂ। ਉਹ ਨਾਮ ਦੀ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਓ, ਉਹ ਸਾਈ ਦਾ ਨਾਮ ਜਿਹੜਾ ਹੈ ਅਮੋਲ ਹੈ, ਇੰਨਾ ਕੁ ਉਹਦਾ ਮੁੱਲ ਪਾਇਆ ਨਹੀਂ ਜਾ ਸਕਦਾ, ਪਰ ਉਹਦੀ ਕੀਮਤ ਨਹੀਂ ਕਿਸੇ ਨੇ ਜਾਣੀ। ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਬਈ ਧਨ ਹੈਗੇ ਧਨ ਹੈ ਜਿਹੜੇ ਰੋਜ਼ ਸੁਖਮਨੀ ਦਾ ਪਾਠ ਕਰਦੇ ਹੈ, ਪਰ ਉਹ ਉਦੋਂ ਧਨ ਉਹ ਹੈ ਜਿਹੜੇ ਉਹਦੀ ਇੱਕ ਤੁੱਕ ਪੜ੍ਹਦੇ ਜਾਂ ਕਦੇ ਕਦੇ ਪਾਠ ਕਰਦੇ ਹੈ ਤੇ ਉਹ ਗੁਆਚ ਜਾਂਦੇ ਹੈ। ਇੱਕ ਤੁੱਕ ਪੜ੍ਹ ਕੇ ਜੇ ਉਹ ਗੁਆਚ ਜਾਣ ਆਪਣੇ ਆਪ ਤੋਂ ਮਰ ਕੇ ਕਿਸੇ ਇਲਾਹੀ ਸੂਰ ਵਿੱਚ ਆ ਜਾਣ ਤਾਂ ਉਹ ਉਹਨਾਂ ਉਹ ਹੋਰ ਜ਼ਿਆਦਾ ਧਨ। ਕਿਸੇ ਚੀਜ਼ ਨੂੰ ਰੋਜ਼ ਹੀਰਾ ਮੋਤੀ ਨਾਮ ਅਮੋਲ ਹੈ ਨਾ, ਇਹ ਹੀਰਾ ਮੋਤੀ ਹੈ, ਇਹ ਬਹੁਤ ਕੀਮਤੀ ਚੀਜ਼ ਹੈ, ਅਮੋਲ ਹੈ, ਆ ਅਮੋਲ, ਇਹਦਾ ਮੁੱਲ ਪੈ ਨਹੀਂ ਸਕਦਾ। ਉਸ ਹੀਰੇ ਨੂੰ, ਉਸ ਰਤਨ ਨੂੰ, ਉਸ ਜਵਾਹਰ ਨੂੰ ਅਸੀਂ ਰੋਜ਼ ਕੱਪੜਿਆਂ ਦੇ ਵਿੱਚ ਰੁਮਾਲਾਂ ਦੇ ਵਿੱਚ ਬੰਨ ਕੇ ਰੱਖ ਛੱਡਦੇ ਹਾਂ, ਖੋਲਦੇ ਹਾਂ, ਸਾਡੀ ਇਹ ਪਰੇਟ ਬਣੀ ਹੋਈ ਹੈ ਤੇ ਉਸੇ ਚੀਜ਼ ਸੰਤੁਸ਼ਟ ਹੈ। ਉਸੇ ਚੀਜ਼ ਅਸੀਂ ਕਿਉਂ ਕਦਰ ਹੈਗੀ, ਕਿਉਂ ਅਮੋਲ ਚੀਜ਼ ਹੈ ਨਾ, ਉਹਨੂੰ ਸਾਹਮਣਾ ਹੈ ਸਭ ਕੁਛ ਹੈ, ਪਰ ਉਸਦੀ ਉਧਰੋਂ ਅਸੀਂ ਭੁੱਖੇ ਮਰਦੇ ਹੋਈਏ ਤੇ ਸਾਡੇ ਘਰ ਹੀਰਾ ਰਤਨ ਜਵਾਹਰ ਭਰੇ ਹੋਣ ਤੇ ਉਹ ਉਸਨੇ ਉਸ ਚ ਕੀਮਤ ਕੀ ਕੱਢੀ,
ਤੂੰ ਮਾਸਾ ਹੀ ਨਾਮ ਅਮੋਲ ਤੇਰੇ ਤੇ ਕਹਿਤਾ ਨਾਮ ਕੇ ਕਰ ਕਹਿੰਦੇ ਮੇਰੇ ਮੈਂ ਤਾਂ ਇੱਕੋ ਚੀਜ਼ ਤੁਰੋਂ ਲਿਆ ਹੈਗਾ ਤੇ ਉਹ ਮੇਰੇ ਘਰ ਵਿੱਚ ਤਾਂ ਮੈਂ ਤੁਹਾਨੂੰ ਵੀ ਇਹੀ ਕੁਛ ਦਿੰਦਾ ਨਾਮ ਦਿੰਦਾ ਪਰ ਉਹ ਇੱਕ ਦਾ ਗੱਲ ਨਾਨਕ ਲਿਖ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਹੈ ਉਹ ਇੱਕ ਗੱਲ ਤਾਂ ਅਸੀਂ ਭੁੱਲ ਗਏ ਹਉਮੈ ਚਾਹ ਵਿੱਚ ਚਖਣਾ ਚਾਹ ਵਿੱਚ ਫਸੇ ਹੈ ਔਰ ਖਾਸ ਕਰ ਵਿਚਾਰੇ ਇਹ ਅਨਪੜ੍ਹ ਜਿਹੜੇ ਪੇਂਡੂ ਹੈਗੇ ਇਹਨਾਂ ਤੇ ਤਾਂ ਇੰਨਾ ਅਫਸੋਸ ਨਹੀਂ ਆਉਂਦਾ ਪੜਿਆ ਹੋਇਆ ਸਾਡੇ ਗਿਆਨੀ ਧਿਆਨੀ ਜਿਹੜੇ ਅਸੀਂ ਬਣੇ ਫਿਰਦੇ ਭਲੇ ਭਲੇਰੇ ਇੱਕ ਦੂਜੇ ਨਾਲ ਵੱਧ ਕੇ ਬਣੇ ਫਿਰਦੇ ਅਫਸੋਸ ਤਾਂ ਇਹਨਾਂ ਦਾ ਇਹ ਤੁਹਾਡੇ ਇਲਮ ਕਿਸ ਕੰਮ ਹੈ ਤੁਹਾਡੀ PhD ਕਿਸ ਕੰਮ ਹੈ ਤੁਹਾਡੇ ਤਿੱਖੇ ਦਿਮਾਗ ਕਿਸ ਕੰਮ ਹੈ ਜੇਕਰ ਤੁਸੀਂ ਨਾਮ ਨੂੰ ਨਹੀਂ ਪਕੜੋਗੇ ਸਾਈ ਨਾਮ ਅਮੋ ਉਹਦੀ ਕੀਮਤ ਨਹੀਂ ਪਾ ਸਕੇ ਜੇ ਪਾ ਲਈ ਹੈ ਉਹ ਤਾਂ ਕਹਿੰਦੀ ਹੈ ਗੁਰੂ ਸਾਹਿਬ ਦੱਸਿਆ ਕਿਣਕਾ ਇੱਕ ਦਿਸ ਇੱਕ ਕਿਣਕਾ ਮਾਤਰ ਬਈ ਕਿਣਕਾ ਇੱਕ ਦਿਸ ਜੀ ਸਾਰੇ ਤਾਂ ਕੀ ਮਹਿਮਾ ਗਣੀ ਨਾਲ ਵੱਡੀ ਵੱਡੀ ਦਾਤ ਗੁਰੂ ਸਾਹਿਬ ਨੇ ਲਿਆਂਦੀ ਹਾਂ ਇੱਥੇ ਇੱਕ ਹੋਰ ਨੁਕਤਾ ਹੈ ਕਿ ਦਾਤ ਇਹ ਮੁਲਕ ਦਾਤ ਇਹ ਇਲਾਹੀ ਦਾਤ ਗੁਰੂ ਸਾਹਿਬ ਨੇ ਨਹੀਂ ਲਿਆਂਦੀ ਤਾਂ ਪਹਿਲਾਂ ਹੀ ਸੀਗੀ ਜਦੋਂ ਦੀ ਦੁਨੀਆਂ ਬਣੀ ਹੈ ਜਦੋਂ ਦਾ ਰੱਬ ਦੀ ਹਸਤੀ ਹੈ ਰੱਬ ਦੇ ਨਾਲ ਸੂਰਜ ਦੇ ਜਦੋਂ ਦੀ ਸੂਰਜ ਦੀ ਹਸਤੀ ਉਦੋਂ ਤੋਂ ਵੀ ਉਹਦੀ ਰੋਸ਼ਨੀ ਨਾਲ ਹੈਗੀ ਸੂਰਜ ਹੋਵੇ ਤੇ ਫਿਰ ਰੋਸ਼ਨੀ ਨਾ ਹੋਵੇ ਇਹ ਨਾ ਤਾਂ ਤੁਰੋ ਹੀ ਆਇਆ ਤੁਰ ਦੀ ਚੀਜ਼ ਹੈ ਇਹ ਰੱਬ ਦੀ ਰੋਸ਼ਨੀ ਹੈ ਤੇ ਫਿਰ ਜਦੋਂ ਦੇ ਰੱਬ ਨੇ ਇਹ ਬਣਾਇਆ ਹੈ ਸ੍ਰਿਸ਼ਟੀ ਬਣਾਈ ਹੈ ਜਾਂ ਇਹ ਉਦੋਂ ਤੋਂ ਇਹਦੇ ਚ ਨਾਮ ਦਾ ਪ੍ਰਕਾਸ਼ ਹੋਇਆ ਹੋਇਆ ਹੈ ਪਰ ਇਸ ਨੂੰ ਕਿਸੇ ਨੇ ਫੜਿਆ ਨਹੀਂ ਇੱਥੇ ਬੜੇ ਬੜੇ ਅਫਲਾਤੂਨ ਆਏ ਬੜੇ ਬੜੇ ਦਿਮਾਗੀ ਆਏ ਬੜੇ ਬੜੇ ਗਿਆਨੀ ਗਿਆਨੀ ਆਏ ਸਭ ਕੁਛ ਉਹ ਇਸ ਕੁਰਾਨ ਤੇ ਹਵਾ ਨੂੰ ਬਾਹਰ ਇਹ ਤਾਂ ਹੋ ਰਿਹਾ ਹੈ ਕਿਤਾਬਾਂ ਕਤੂਬਾਂ ਚ ਬੋਲਣ ਚ ਨਹੀਂ ਆਉਂਦਾ ਹਾਂਜੀ ਇੱਥੇ ਹੁਣ ਨੁਕਤਾ ਜਿਹੜਾ ਹੈ ਉਹ ਇਹ ਹੈ ਕਿ ਧੁੱਪ ਤੋਂ ਹੈ ਇਹ ਸੂਰਜ ਤਾਂ ਕਿੰਨੀ ਵਾਰੀ ਤਬਾਹ ਹੋਇਆ ਕਿੰਨੀ ਵਾਰੀ ਪਰ ਸ੍ਰਿਸ਼ਟੀ ਤੇ ਰੱਬ ਦਾ ਸ਼ੁਰੂ ਤੋਂ ਹੈ ਰੱਬ ਦਾ ਸ਼ੁਰੂ ਤੋਂ ਇਸ ਕਰਕੇ ਉਹਦੇ ਨਾਲ ਹੈ ਉਹਦੀ ਰੋਸ਼ਨੀ ਸ਼ੁਰੂ ਤੋਂ ਹੈ ਤੇ ਬਈ ਪੁਰਾਣੇ ਜ਼ਮਾਨੇ ਚ ਨਹੀਂ ਸੀਗਾ ਹਰ ਵਕਤ ਹੈ ਜਿੰਨਾ ਜਿੱਥੇ ਰੱਬ ਹੈ ਉੱਥੇ ਉਹਦੀ ਰੋਸ਼ਨੀ ਹੈ ਉਹ ਰੋਸ਼ਨੀ ਦਾ ਨਾਂ ਨਾਮ ਹੈ ਗੁਰੂ ਸਾਹਿਬ ਨੇ ਦਾ ਨਾਂ ਨਾਮ ਰੱਖਿਆ ਹੋਰਨਾਂ ਨੇ ਆਪੋ ਆਪਣੀ ਮਤਾਂ ਚ ਹੋਰ ਕਿਸੇ ਦਾ ਨਾਂ ਰੱਖਿਆ ਮੁਸਲਮਾਨਾਂ ਨੂੰ ਇਲਹਾਮ ਕਿਹਾ ਈਸਾਈ ਨੇ ਇਹਨੂੰ ਡਿਵਾਈਨ ਗੋਸਟ ਕਿਹਾ ਤੇ ਹੋਰ ਕਈ ਆ ਅੱਡੋ ਅੱਡੀ ਪਰ ਨਾਮ ਇੱਕ ਲਿਖੀ ਹੈ ਮੈਂ ਨਾਮ ਨਹੀਂ ਤੁਹਾਨੂੰ ਦੱਸਣ ਆਇਆ ਕਿਉਂਕਿ ਨਾਂ ਤਾਂ ਦੱਸਿਆ ਜਾ ਨਹੀਂ ਸਕਦਾ ਭੁਲੇਖੇ ਪੁਰਾਣੇ ਜ਼ਮਾਨੇ ਵਿੱਚ ਬੇਅੰਤ ਮਧ ਚੱਲੇ ਤੇ ਖਤਮ ਹੋ ਗਏ ਉਹ ਮਧਬ ਓਨਾ ਚਿਰ ਤਰੱਕੀ ਹੁੰਦੀ ਗਈ ਜਿੰਨਾ ਚਿਰ ਉਹਦੇ ਵਿੱਚ ਨਾਮ ਦੀ ਰੋਸ਼ਨੀ ਸੀਗੀ ਮੈਂ ਪੜ੍ਹਿਆ ਅੱਛਾ ਪੰਜ ਹਜ਼ਾਰ ਸਾਲ ਪਹਿਲਾਂ ਇਜਿਪਟ ਦੇ ਵਿੱਚ ਇੱਕ ਧਰਮ ਚੱਲਿਆ ਸੀ ਤੇ ਉੱਥੇ ਉਹਨਾਂ ਦੀ ਕਿਤਾਬਾਂ ਤੋਂ ਉਹਨਾਂ ਦੇ ਲਿਖਤਾਂ ਤੋਂ ਪੱਥਰ ਤੇ ਲਿਖੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਵਿੱਚ ਨਾਮ ਦੀ ਕਣੀ ਸੀਗੀ ਉਹ ਜਿੰਨਾ ਚਿਰ ਉਹ ਨਾਮ ਦੀ ਕਣੀ ਸੀ ਨਾਮ ਦਾ ਰੋਸ਼ਨੀ ਸੀ ਨਾਮ ਦਾ ਝਲਕਾ ਸੀ ਉਹ ਮਤਲਬ ਚੰਗੀਆਂ ਕਲਾਸ ਚਲਾ ਜਾਂਦਾ ਰਿਹਾ ਜਦੋਂ ਉਹਦੇ ਚੋਂ ਨਾਮ ਦੀ ਰੋਸ਼ਨੀ ਘੱਟ ਗਈ ਤੇ ਕੀ ਰਹਿ ਗਿਆ ਬਾਹਰਲੇ ਕਰਮ ਕਾਂਡ ਸੁੱਕੇ ਰੁੱਖੇ ਫੁੱਕੇ ਕਰਮਰਾਨ ਰਹਿ ਗਏ ਜਿਹੜਾ ਮਤਲਬ ਨਾਮ ਨੂੰ ਛੱਡ ਦੇਵੇਗਾ ਨਾਮ ਨੂੰ ਭੁੱਲ ਜਾਏਗਾ ਫੁੱਕੇ ਕਰਮ ਕਰਨਾ ਇਹ ਮਨ ਦੀ ਹਉਮੈ ਦੀ
ਆੜ ਵਿੱਚ ਕਰਮ ਕਰਨਾ ਪਿਆ ਰਹੇਗਾ, ਉਹ ਮਜ਼ਬ ਕਾਇਮ ਨਹੀਂ ਰਹਿ ਸਕਦਾ, ਉਹਨੇ ਖਤਮ ਹੋ ਜਾਣਾ, ਅੱਜ ਨੀ ਕੱਲ ਕੱਲ ਨੀ ਪਰਸੋਂ, ਕਿਉਂਕਿ ਨਾਮ ਤਾਂ ਜੀਵਨ ਹੈ, ਨਾਮ ਜੀਵਨ ਹੈ, ਇਲਾਹੀ ਜੀਵਨ ਹੈ, ਜੀਵਨ ਰਾਮ ਹੈ, ਕੋਈ ਮਜ਼ਬ ਨਹੀਂ ਰਹਿ ਸਕਦਾ ਨਾਮ ਤੋਂ ਬਗੈਰ, ਕਾਇਮ ਨਹੀਂ ਰਹਿ ਸਕਦਾ। ਤੇ ਸਭ ਜਿੰਨੇ ਸੀ ਈਸਾਈ ਕ੍ਰਿਸਟ ਆਇਆ, ਉਹਨੇ ਨਾਮ ਦਾ ਜ਼ਿਕਰ ਕੀਤਾ ਤੇ ਪ੍ਰਫੁੱਲਤ ਹੋਇਆ, ਇਲਹਾਮ ਲੈਂਦਾ ਮੁਹੰਮਦ ਨੇ ਤਾਂ ਤੇ ਪ੍ਰਫੁੱਲਤ ਹੋਇਆ। ਜਿਸ ਦਾ ਵੇਦ ਸ਼ਾਸਤਰ ਚ ਨਾਮ ਦਾ ਜ਼ਿਕਰ ਹੈ, ਜ਼ਿਕਰ ਹੈ, ਯਾਦ ਰੱਖੋ ਜ਼ਿਕਰ ਹੈ, ਪਰ ਬਹੁਤ ਥੋੜਾ ਕਰਮਕਾਂਡ ਨਾਲ ਭਰਿਆ ਪਿਆ, 90% ਕਿਤੇ 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 ਜ਼ਿਕਰ ਹੈ। ਪਰ ਗੁਰੂ ਸਾਹਿਬ ਨੇ ਦੇਖਿਆ ਕਿ ਇਸ ਨਾਮ ਤੋਂ ਬਗੈਰ ਜਿੰਨੇ ਮਦਦ ਚੱਲੇ ਹੈ ਇਹ ਉੱਡ ਗਿਆ, ਨਾਮ ਵਿੱਚੋਂ ਉੱਡ ਗਿਆ, ਭੁੱਲ ਗਏ, ਉੱਡਣਾ ਕਿੱਥੇ ਸੀ, ਉਹ ਤਾਂ ਹੈਗਾ, ਅਸੀਂ ਭੁੱਲ ਗਏ ਉਸ ਨਾਮ ਨੂੰ, ਸਾਈ ਨਾਮ ਅਮੋਲ ਨੂੰ ਭੁੱਲ ਗਏ, ਤੇ ਭੁੱਲ ਕੇ ਕੀ ਰਹਿ ਗਿਆ, ਰੁਟੀਨ ਚ ਬਹਿ ਗਏ, ਕਰਮ ਕੰਡਾ ਚ ਪੈ ਗਏ, ਰੁੱਖੇ ਸੁੱਖੇ ਮੁਰਦਾ ਮਜ਼ਬਾਂ ਚ ਪੈ ਗਏ। ਨਾਮ ਤੋਂ ਬਗੈਰ ਕੋਈ ਮਜ਼ਬ ਨਹੀਂ ਹੈ, ਮੁਰਦਾ ਹੈ, ਮੁਰਦਾ ਮਜ਼ਬ ਚ ਕੀ ਹੁੰਦਾ ਧਿਆਨ ਕਰੋ, ਮੁਰਦੇ ਪਿਆ, ਉਹ ਕੁੱਤਾ ਮੁਰਦਾ ਪਿਆ, ਇਨਸਾਨ ਮੁਰਦਾ ਪਿਆ ਹੈਗਾ, ਦੋ ਚੌਂ ਦਿਨਾਂ ਚ ਉਹ ਗਲ ਜਾਏਗਾ, ਸੜ ਜਾਏਗਾ, ਬਦਬੋ ਆਉਣੀ ਸ਼ੁਰੂ ਹੋ ਜਾਏਗੀ, ਬਦਬੋ। ਜਿਸ ਮਜ਼ਹਬ ਦੇ ਵਿੱਚ, ਜਿਸ ਧਰਮ ਦੇ ਵਿੱਚ ਨਾਮ ਦੀ ਕਲਾ ਨਹੀਂ ਹੈ, ਉਹ ਧਰਮ ਜਿਉਂਦਾ ਨਹੀਂ ਰਹਿ ਸਕਦਾ, ਉਹ ਚ ਬਦਬੋ। ਅੱਜ ਦੀਆਂ ਸਾਡੇ ਮਜ਼ਹਬਾਂ ਦੇ ਵਿੱਚ ਫਿਰਕੇ ਬਣੇ ਹੋਏ ਆ, ਆਪਸ ਜੀ ਲੜ ਮਰਦੇ ਹੈ, ਇਹ ਸਿੱਖਾਂ ਚ ਨੀ, ਸਾਰੇ ਮਜ਼ਹਬਾਂ ਚ ਫਿਰਕੇ ਹੈਗੇ। ਇਹਦਾ ਮਤਲਬ ਹੈ ਕਿ ਨਾਮ ਨੂੰ ਸਾਰੇ ਭੁੱਲ ਗਏ, ਉਹਨਾਂ ਦੇ ਪੈਰੀ ਜਿਹੜੇ ਸੀ ਗੁਰੂ ਅਵਤਾਰ, ਸਾਰਿਆਂ ਨੇ ਨਾਮ ਦਾ ਜ਼ਿਕਰ ਕੀਤਾ, ਇੰਟਰੋਡਿਊਸ ਕੀਤਾ, ਉਹ ਭੁੱਲ ਗਏ। ਤੇ ਗੁਰੂ ਨਾਨਕ ਸਾਹਿਬ ਨੂੰ ਇਸ ਕਲਯੁਗ ਦੇ ਵਿੱਚ ਇਸ ਵਾਸਤੇ ਆਉਣਾ ਪਿਆ ਕਿ ਸਾਰੇ ਮਤਲਬ ਨਾਮ ਤੋਂ ਹੀਣ ਹੋ ਗਏ ਸੀਗੇ, ਜੀਵਨ ਰਾਉ ਤੋਂ, ਇਲਾਹੀ ਜੀਵਨ ਰਾਉ ਤੋਂ, ਇਲਾਹੀ ਜੋਤ ਤੋਂ ਭੁੱਲ ਗਏ ਸੀ। ਇਸ ਕਰਕੇ ਉਸ ਨੂੰ ਦੁਬਾਰਾ ਚੇਤੇ ਕਰਾਉਣ ਵਾਸਤੇ ਕਲਯੁਗ, ਕਲਯੁਗ ਤਾਂ ਇਹ ਜੀਵਨ ਨੂੰ ਉਤਾਰਨ ਵਾਸਤੇ, ਉਹਨੂੰ ਰਿਨਿਊ ਕਰਨ ਵਾਸਤੇ ਇਹ ਬਾਣੀ ਰਚੀ। 10 ਪਾਤਸ਼ਾਹ ਨੇ ਕਿੱਥੇ ਜਾਵੇ ਆ ਕੇ ਸਾਨੂੰ ਨਾਮ ਮੁੜ ਕੇ ਸਿਖਾਇਆ, ਰਿਨਿਊ ਕੀਤਾ, ਪਰ ਅਸੀਂ ਕਿਆ ਕੀਤਾ, 250 ਸਾਲ ਗੁਰੂ ਸਾਹਿਬ ਆਪ ਰਹੇ ਤੇ ਸਾਡੇ ਪਾਸ ਜੁਗੋ ਜੁਗ ਹੁਣ ਉਹ 10ਵੇਂ ਪਾਤਸ਼ਾਹ ਦੇ ਸਰੂਪ ਗੁਰਬਾਣੀ, ਤੇ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ, ਪਰ ਨਾਮ ਤੋਂ ਫਿਰ ਉੱਥੇ ਜਾ ਰਹੇ ਹਾਂ। ਔਰ ਇਹੀ ਕਾਰਨ ਹੈ ਮੁਰਦਾ ਚੀਜ਼ ਚੋਂ ਬਦਬੋ ਆਉਂਦੀ ਹੁੰਦੀ ਹੈ, ਸਾਡੇ ਵਿੱਚ ਬਦਬੋ ਆਵਣੀ, ਇਨਖਾ ਦਵਾਇਕ ਖਿੱਚੋ ਤਾਣ ਹੋਵੇਂ, ਇਹ ਇਸੇ ਕਰਕੇ ਆਈਏ ਕਿ ਅਸੀਂ ਨਾਮ ਜੀਵਨ ਹੈ, ਜਿਹੜਾ ਜਦੋਂ ਜੀਵਨ ਨਿਕਲ ਗਿਆ ਤਾਂ ਕੀ ਰਹਿ ਗਿਆ, ਮੁਰਦਾ ਰਹਿ ਗਿਆ, ਮੁਰਦਾ ਰਹਿ ਗਿਆ। ਇਹੀ ਕਾਰਨ ਹੈ ਕਿ ਹੁਣ ਧਰਮਾਂ ਵਿੱਚੋਂ ਇੱਕ ਧਰਮ ਨਹੀਂ, ਸਾਰੇ ਧਰਮਾਂ ਵਿੱਚ ਬਦਬੋ ਆ ਰਹੀ ਹੈ, ਫਿਰਕਾ ਪ੍ਰਸਤੀ ਈਰਖਾ ਦਵੈਕ ਵੱਡੋ ਖਾਉਂ ਪਿਆ ਹੁੰਦਾ ਹੈ, ਕਿਤੇ ਦੇਖ ਲਓ। ਮਗਰ ਅਫਸੋਸ ਹੈ ਕਿ ਰਾਜਗੁਰੂ ਨਾਨਕ ਦਾ ਹੈ, ਰਾਜਗੁਰੂ ਬਾਣੀ ਦਾ ਹੈ, ਰਾਜਗੁਰੂ ਗ੍ਰੰਥ ਸਾਹਿਬ ਦਾ ਹੈ, ਇਹਦੇ ਰਾਜ ਦੇ ਹੁੰਦਿਆਂ ਹੋਇਆ ਅਸੀਂ ਨਾਮ ਦੀ ਬਾਬਜੀ ਵਿੱਚ ਇੰਨਾ ਜ਼ਿਕਰ ਹੈ, ਉਸ ਨੂੰ ਭੁੱਲ ਗਏ ਤੇ ਸਾਡਾ ਹਾਲਤ ਦੇਖ ਲਓ ਕੀ ਹੋ ਰਿਹਾ ਤੁਹਾਡੇ ਅੱਖਾਂ ਦੇ ਸਾਹਮਣੇ, ਕਿਉਂਕਿ ਸਾਡੇ ਅੰਦਰ ਮੁੜ ਧਿਆਨ ਆ ਗਈ ਹੈ, ਬੋਏ ਮੁੱਖ ਹੋ ਗਏ ਹੈ ਗੁਰਬਾਣੀ ਤੋਂ, ਤੇ ਹੁਣ ਫਿਰ ਇਹਦਾ ਇਲਾਜ ਕੋਈ ਹੈ ਕਿ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੇ, ਫਿਰ ਗੁਰਬਾਣੀ ਦੀ ਚਰਨੀ ਲੱਗੀਏ, ਤੇ ਗੁਰਬਾਣੀ ਸਿਖਾਉਂਦੀ ਕੀ ਹੈ, ਨਾਮ ਨਾਨਕੇ ਕਰ ਕੇਵਲ ਨਾਮ। ਹਾਂਜੀ, ਹੋਰ ਨਾ ਤਾਂ ਫਿਲੋਸਫੀਆਂ ਬੜੀਆਂ ਘੋਟੀਆਂ ਵੇਦਾਂ ਸ਼ਾਸਤਰਾਂ ਚ, ਬੜੀਆਂ ਫਿਲੋਸਫੀਆਂ ਆ ਗਈਆਂ ਪੜ੍ਹ ਪੜ੍ਹ ਕੇ ਦਿਮਾਗ ਵੀ ਪੋਲਾ ਹੋ ਜਾਂਦਾ, ਪਰ ਇੱਥੇ ਤਾਂ ਨਾਨਕੇ ਕਰ ਕੇਵਲ ਨਾਮ, ਕੋਈ ਕੋਈ ਸ਼ਬਦ ਨਹੀਂ ਹੈ ਜਿਹਦੇ ਚ ਨਾਮ ਦਾ ਜ਼ਿਕਰ ਨਹੀਂ ਹੈ। ਹੈਰਾਨੀ ਦੀ, ਬਹੁਤ ਅਫਸੋਸ ਦੀ, ਹੈਰਾਨੀ ਦੀ ਗੱਲ ਹੈ ਕਿ ਜਿਹਨਾਂ ਦੇ ਕੋਲ, ਜਿਸ ਕੌਮ ਦੇ ਕੋਲ
ਇੰਨੀ ਬਾਣੀ ਹੋਵੇ ਤੇ ਨਾਮ ਦਾ ਇੰਨਾ ਜ਼ਿਕਰ ਹੋਵੇ, ਉਹ ਨਾਮ ਤੋਂ ਵਾਂਝੇ ਜਾ ਰਹੇ ਹੈ। ਅੱਛਾ ਇਹ ਲਾਈਟ, ਇਹ ਬਾਣੀ ਦੀ ਲਾਈਟ, ਨਾਮ ਦੀ ਲਾਈਟ ਦੇ ਅਸੀਂ ਮਿਸਾਲਾਂ ਆਉਣੀਆਂ ਚਾਹੀਦੀਆਂ, ਤਾਂ ਕਿ ਲੋਕਾਂ ਨੂੰ, ਅੰਨਿਆਂ ਨੂੰ, ਲੋਕਾਂ ਨੂੰ ਨਾਮ ਤੋਂ ਬਗੈਰ ਜਿਹੜੀ ਦੁਨੀਆਂ ਹੈਗੀ ਉਹਨਾਂ ਨੂੰ ਲਾਈਟ ਦਿਖਾ ਸਕੇ ਕਿ ਭਾਈ ਆਹ ਨਾਮ ਹੈ, ਆਹ ਰੱਬ ਹੈ, ਰੱਬ ਦੀ ਰੋਸ਼ਨੀ ਹੈ, ਰੱਬ ਦੀ ਜੋਤ ਹੈ।